ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜਿਹੜੇ ਇਸ ਸੈਮੀਨਾਰ ਦੇ ਲੇਖ ਸੀਗੇ ਉਹ ਮੁਕੰਮਲ ਹੋ ਗਏ, ਅਤੇ ਡਿਸਕਸ਼ਨ ਦਾ ਜਿਹੜਾ ਟਾਈਮ ਹੈਗਾ ਉਹ ਅੱਜ ਅਸੀਂ ਨਹੀਂ ਰੱਖਿਆ ਹੈ। ਤੋ ਉਹਦੇ ਡਿਸਕਸ਼ਨ ਦੇ ਬਾਰੇ ਅਸੀਂ ਇੱਕ ਇੰਟਰਨੈਟ ਦੇ ਉੱਤੇ ਇੱਕ ਬਲੌਗ ਸੰਵਾਦ ਦੇ ਨਾਮ ਦੇ ਉੱਤੇ ਆਪਾਂ ਕ੍ਰੀਏਟ ਕਰਾਂਗੇ। ਉਸ ਬਲੌਗ ਦੇ ਵਿੱਚ ਹੀ ਪਿਛਲੇ ਵਾਲੇ ਲੈਕਚਰ ਵੀ ਅਤੇ ਇਸ ਵਾਰ ਵਾਲੀ ਲੈਕਚਰ ਵੀ ਅਤੇ ਉਹਨਾਂ ਦੀ ਜਿਹੜੀ ਰਿਟਨ ਟੈਕਸਟ ਫੋਰਮ ਹੈਗੀ ਉਹ ਸਾਰੀ ਪਾ ਦਿਆਂਗੇ, ਤਾਂ ਕਿ ਕਿਉਂਕਿ ਬੋਲੀ ਹੋਈ ਗੱਲ ਬਹੁਤ ਵਾਰ ਕਈ ਵਾਰ ਬੋਲਣ ਦੇ ਵਿੱਚ ਬੰਦਿਆਂ ਦੇ ਵਿਚਾਰ ਬੜੇ ਰਿਚ ਹੁੰਦੇ, ਉਹ ਬੋਲਣ ਕਰਕੇ ਜਿੱਥੇ ਤੱਕ ਰਿਟਨ ਫੋਰਮ 'ਚ ਨਹੀਂ ਆਉਂਦੇ ਉਹ ਇੱਦਾਂ ਇਵੈਪੋਰੇਟ ਹੋ ਜਾਂਦੇ। ਤੋ ਘੱਟੋ ਘੱਟ ਇੰਟਰਨੈਟ ਦੇ ਉੱਤੇ ਅਸੀਂ ਇੱਕ ਬਲੌਗ ਅਤੇ ਪਲੇਟਫਾਰਮ ਬਣਾਵਾਂਗੇ ਕਿ ਜਿਹਦੇ ਵੀ ਇਹ ਸਾਰੇ ਵਿਚਾਰਾਂ ਨੂੰ ਕੰਪਲੀਮੈਂਟ ਕਰਨ ਦੇ ਲਈ, ਇਹਨਾਂ ਨੂੰ ਅੱਗੇ ਵਧਾਉਣ ਦੇ ਲਈ, ਜਾਂ ਇਦੋਂ ਵੱਖਰੇ ਜਿਸ ਤਰ੍ਹਾਂ ਦੇ ਵੀ ਵਿਚਾਰ ਹੋਣ, ਆਪਾਂ ਉਹ ਇੱਕ ਬਲੌਗ 'ਤੇ ਆਪਾਂ ਇਕੱਠੇ ਕਰਨੇ ਸ਼ੁਰੂ ਕਰਾਂਗੇ। ਅਤੇ ਜਦੋਂ ਆਪਾਂ ਨੂੰ ਲੱਗਿਆ ਕਿ ਇੱਕ ਸਾਈਜ਼ੇਬਲ ਇੱਕ ਇਸ ਇਸ਼ੂ ਦੇ ਉੱਤੇ ਹਜੇ ਇੱਕ ਸੈਮੀਨਾਰ ਅਸੀਂ ਹੋਰ ਕਰਨਾ, ਉਹ ਕਰਨ ਤੋਂ ਬਾਅਦ ਵੀ ਤਾਂ ਇਹ ਜਿੰਨੇ ਸਾਰੇ ਵਿਚਾਰ ਚਰਚਾ ਹੈ ਉਹ ਆਪਾਂ ਸਾਰੇ ਕੰਪਾਈਲ ਕਰਕੇ ਛਾਪਣ ਦਾ ਇਰਾਦਾ ਹੈ। ਔਰ ਇਸ ਤੋਂ ਅਗਲਾ ਜਿਹੜਾ ਸੈਮੀਨਾਰ ਹੈਗਾ ਕਿ ਜਿਸ ਤਰ੍ਹਾਂ ਪਿਛਲੇ ਸੈਮੀਨਾਰ 'ਚ ਵੀ ਇਸ ਵਾਰ 'ਚ ਵੀ ਗੱਲ ਹੋਈ ਕਿ ਨੈਸ਼ਨਲਿਜ਼ਮ ਦੇ ਵਿੱਚ ਇੱਕ ਨੈਸ਼ਨਲਿਜ਼ਮ ਆਈਡਿਆਲੋਜੀ ਨੂੰ ਇੱਕ ਨੇਸ਼ਨ ਸੁਸਾਇਟੀ 'ਚ ਬਦਲਣ ਦੇ ਲਈ ਜਿਹੜੀ ਭਾਸ਼ਾ ਉਹਦਾ ਸਟੇਟ ਸਿਸਟਮ ਨੇ ਬੜਾ ਪ੍ਰਯੋਗ ਕੀਤਾ ਅਤੇ ਉਹਦੀ ਬਹੁਤ ਜ਼ਿਆਦਾ ਮਹੱਤਤਾ। ਤੋ ਇਸ ਕਰਕੇ ਜਿਹੜਾ ਸਾਡਾ ਨੈਕਸਟ ਟੋਪਿਕ ਹੋਣਾ ਉਹ ਭਾਸ਼ਾ ਦੇ ਸੰਬੰਧ ਦੇ ਵਿੱਚ ਅਸੀਂ ਵੀ ਭਾਸ਼ਾ ਦਾ ਕਿਵੇਂ ਮਹੱਤਵ ਹੈਗਾ ਸਾਰੀ ਸੁਸਾਇਟੀ ਨੂੰ ਡਿਵੈਲਪ ਕਰਨ ਦੇ ਵਿੱਚ, ਉਹਦੇ ਸੰਬੰਧੀ ਅਸੀਂ ਕਰਾਂਗੇ। ਤੋ ਉਹ ਮੇਰੇ ਖਿਆਲ ਦੇ ਵਿੱਚ ਅਸੀਂ ਜੁਲਾਈ ਦੇ ਵਿੱਚ ਸ਼ਾਇਦ ਕਰਾਂਗੇ, ਕਿਉਂਕਿ ਜੂਨ ਦੇ ਵਿੱਚ ਇੱਕ ਗਰਮੀ ਬਹੁਤ ਹੈ, ਅੱਜ ਵੀ ਜਿਵੇਂ ਗਰਮੀ ਬਹੁਤ ਸੀਗੀ ਅਤੇ ਕੁਛ ਜੂਨ ਦੇ ਵਿੱਚ ਇੱਕ ਦੋ ਹੋਰ ਛੋਟੇ ਪ੍ਰੋਗਰਾਮ ਸੈਮੀਨਾਰ ਤੋਂ ਬਿਨਾਂ ਕਰਨ ਦਾ ਇਰਾਦਾ ਹੈਗਾ। ਅਗਲਾ ਜਿਹੜਾ ਸੈਮੀਨਾਰ ਉਹ ਜੁਲਾਈ ਦੇ ਵਿੱਚ ਭਾਸ਼ਾ ਦੇ ਸੰਬੰਧ ਦੇ ਵਿੱਚ ਕਰਾਂਗੇ। ਸੋ ਹੁਣ ਬਸ ਅੱਜ ਦੇ ਸੈਮੀਨਾਰ 'ਤੇ ਸਮਾਪਤੀ ਆ। ਸੋ ਆਖਰੀ ਵਿਚਾਰ ਇੱਕ ਮੈਂ ਤੁਹਾਡੇ ਨਾਲ ਕਹਿ ਕੇ ਖਿਮਾ ਲੈਣੀ, ਜਦੋਂ ਸਰਦਾਰ ਕਪੂਰ ਸਿੰਘ ਹੋਣਾ ਨੂੰ ਪ੍ਰੋਫੈਸਰ ਆਫ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਅਵਾਰਡ ਉੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰਦਾਨ ਕੀਤਾ ਗਿਆ, ਤਾਂ ਉਹਨਾਂ ਨੇ ਅੰਗਰੇਜ਼ੀ ਦਾ ਇੱਕ ਮੁਹਾਵਰਾ ਉੱਥੇ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀਗਾ। ਉਹ ਕਹਿੰਦੇ ਦੋਜ਼ ਹੂ ਵਿਲ ਨੋਟ ਰੀਜਨ ਪੈਰਿਸ਼ ਇਨ ਦਾ ਐਕਟ, ਦੋਜ਼ ਹੂ ਵਿਲ ਨੋਟ ਐਕਟ ਪੈਰਿਸ਼ ਫੋਰ ਦੈਟ ਰੀਜਨ। ਇੱਦਾਂ ਦਾ ਹੀ ਕੁਰਾਨ ਮਜੀਦ ਦੇ ਵਿੱਚ ਇੱਕ ਆਇਤ ਹੈ, ਉਹ ਕਹਿੰਦੇ ਕਿ ਅਮਲ ਇਲਮ ਤੋਂ ਬਿਨਾਂ ਗੁੰਮਰਾਹੀ ਬਣ ਜਾਂਦਾ, ਅਤੇ ਨਾਲ ਦੂਜੀ ਗੱਲ ਕਹਿੰਦੇ ਕਿ ਜੇ ਇਲਮ ਤੋਂ ਬਾਅਦ ਅਮਲ ਨਾ ਹੋਏ ਤਾਂ ਉਹ ਵੀ ਬਹੁਤ ਖਤਰਨਾਕ ਹੋ ਜਾਂਦਾ। ਤੋ ਸੋ ਇਹ ਜਿਹੜਾ ਅਮਲ ਦਾ ਪ੍ਰੋਸੈਸ ਚਲਾਇਆ, ਇਲਮ ਦਾ ਪ੍ਰੋਸੈਸ ਚਲਾਇਆ, ਇਹਦੂ ਬਾਅਦ ਅਮਲ ਵੀ ਹੋਣੇ। ਹੁਣ ਆਖਰੀ ਇੱਕ ਗੱਲ ਸਰਦਾਰ ਅਜਮੇਰ ਸਿੰਘ ਹੋਣਾ ਨੇ ਕਹਿਣੀ, ਉਦੋਂ ਬਾਅਦ ਆਪਾਂ ਸਾਰੇ ਇਕੱਠੇ ਪ੍ਰਸ਼ਾਦਾ ਛਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਸ਼ਣ ਨਹੀਂ ਮੈਂ ਕਰਨਾ, ਮੈਂ ਇੱਕੋ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਮਲਜੀਤ ਸਿੰਘ ਹੋਰੀ ਕ੍ਰਿਕਟ ਬਾਰੇ ਗੱਲ ਕਰਕੇ ਗਏ ਨੇ ਕਿ ਕ੍ਰਿਕਟ ਨੂੰ ਇੰਨਾ ਪ੍ਰਮੋਟ ਕਰਨ ਦਾ ਇੱਕ ਕਾਰਨ ਇਹ ਹੈ ਕਿ ਜਿੰਨੀ ਐਂਟੀ ਪਾਕਿਸਤਾਨ ਫੀਲਿੰਗ ਕ੍ਰਿਕਟ ਪੈਦਾ ਕਰ ਸਕਦੀ ਹੈ ਹੋਰ ਦੂਜੀ ਗੇਮ ਕੋਈ ਨਹੀਂ ਕਰ ਸਕਦੀ। ਸੋ ਨੇਸ਼ਨ ਬਿਲਡਿੰਗ ਵਾਸਤੇ ਐਂਟੀ ਪਾਕਿਸਤਾਨ ਫੀਲਿੰਗ ਬਹੁਤ ਜ਼ਰੂਰੀ ਹੈ, ਅਤੇ ਜਿਹੜੇ ਬੰਦੇ ਨੇਸ਼ਨ ਬਿਲਡਿੰਗ ਦੇ ਰਾਹ 'ਚ ਰੋੜਾ ਬਣਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਪਾਕਿਸਤਾਨ ਨਾਲ ਜੋੜਨਾ ਤਾਂ ਕਿ ਉਹਨਾਂ 'ਤੇ ਹਮਲਾ ਕਰਨਾ ਸੌਖਾ ਹੋ ਜਾਵੇ। ਸੋ ਮੈਂ ਇੱਕ ਤੱਥ ਸਾਂਝਾ ਕਰਨਾ ਤੁਹਾਡੇ ਨਾਲ। ਪਿਛਲੇ ਦਿਨੀ ਕੁਛ ਦਿਨ ਹੋਏ ਮੇਰੇ ਕੋਲ ਆਏ ਸੀ ਆਈ ਡੀ ਵਾਲੇ ਪਤਾ ਕਰਨ, ਜਿਵੇਂ ਰੂਟੀਨ 'ਚ ਆਉਂਦਾ ਹੁੰਦਾ ਮਹਿਕਮੇ ਵਾਲੇ ਵੀ ਬੰਦਿਆਂ ਬਾਰੇ ਪਤਾ ਕਰੋ, ਅਤੇ ਬੈਠੇ ਰਹੇ ਚਾਹ ਮਤਲਬ ਪਾਣੀ ਪੂਣੀ ਪੀਤਾ, ਅਤੇ ਇੱਕ ਤਾਂ ਉਹਨਾਂ ਨੇ ਕਹਿੰਦੇ ਜੀ ਤੁਸੀਂ ਅੰਮ੍ਰਿਤ ਛਕ ਲਿਆ, ਮੈਂ ਕਿਹਾ ਹਾਂਜੀ, ਇਹਦੀ ਪੁਸ਼ਟੀ ਕਰਵਾਉਣਾ ਚਾਹੁੰਦੇ ਸੀ ਸ਼ਾਇਦ ਇਹਦੇ ਨਾਲ ਥੋੜ੍ਹੀ ਜਿਹੀ ਹੋਰ ਵੀ ਫਿਰ ਤਾਂ ਪੱਕੇ ਖਤਰਨਾਕ ਬਣ ਗਏ। ਫਿਰ ਉਹ ਗੱਲ ਕਰਦੇ ਕਰਦੇ ਥੋੜ੍ਹਾ ਜਿਹਾ ਜਿਵੇਂ ਉਹਨੂੰ ਬੇਚੈਨੀ ਜੀ ਲੱਗੀ, ਗੱਲ ਸਿੱਧੀ ਹੋਵੇ ਨਾ ਅਤੇ ਕਦੇ ਕੁਛ ਕਦੇ, ਕਹਿੰਦੇ ਜੀ ਇੰਡੋ ਪਾਕ ਜਸੂਸ ਕੀ ਹੁੰਦਾ। ਮੈਂ ਕਿਹਾ ਕਿਸ ਕੰਟੈਕਸਟ ਤੁਸੀਂ ਪੁੱਛ ਰਹੇ ਹੋ? ਕਹਿੰਦਾ ਮਹਿਕਮੇ ਵਾਲੇ ਤੁਹਾਨੂੰ ਇੰਡੋ ਪਾਕ ਜਸੂਸ ਕਹਿੰਦੇ। ਮਤਲਬ ਕਿੰਨੀ ਹਾਸੇ ਵਾਲੀ ਗੱਲ ਵੀ ਹੈ ਅਤੇ ਸੀਰੀਅਸ ਵੀ ਹੈ ਵੀ ਕਿਸ ਲੈਵਲ 'ਤੇ ਜਾ ਸਕਦੇ ਨੇ ਜਾ ਕੇ। ਚਲੋ ਤਾਂ ਵਿਚਾਰੇ ਇਨੋਸੈਂਟ ਬੰਦੇ ਸੀਗੇ, ਜੋ ਮਹਿਕਮੇ ਨੇ ਕਿਹਾ ਉਹ ਆ ਕੇ ਸਾਂਝਾ ਕਰ ਲਿਆ। ਸੋ ਮਤਲਬ ਗੱਲ ਇਹ ਹੈ ਕਿ ਐਂਟੀ ਪਾਕਿਸਤਾਨ ਬੰਦੇ ਨੂੰ ਉਹਨਾਂ ਨੂੰ ਪਾਕਿਸਤਾਨ ਨਾਲ ਜੋੜਨਾ ਅਤੇ ਐਂਟੀ ਪਾਕਿਸਤਾਨ ਅਤੇ ਐਂਟੀ ਮੁਸਲਿਮ ਫੀਲਿੰਗ ਪੈਦਾ ਕਰਨੀ, ਇਹ ਬਹੁਤ ਵੱਡਾ ਉਹਨਾਂ ਦਾ ਇੱਕ ਵੈਪਨ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਸਪਾਲ ਸਿੰਘ ਉਹਨਾਂ ਨੂੰ ਮੈਂ ਬੇਨਤੀ ਕਰੇ ਦਿੰਦਾ ਕਿ ਉਹ ਆ ਕੇ ਸਾਰਿਆਂ ਦਾ ਧੰਨਵਾਦ ਕਰਨ, ਕਿਉਂਕਿ ਬਹੁਤ ਮਿਹਨਤ ਕਰਦੇ ਸਾਰਿਆਂ ਨੂੰ ਸਕਸੈਸਫੁਲ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ, ਹਾਜ਼ਰੀਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜਾ ਉੱਦਮ ਹੈ ਇਹ ਰੈਗੂਲਰ ਜਿਹੜਾ ਜਾਰੀ ਰਹੂਗਾ। ਬਹੁਤਿਆਂ ਦੇ ਸਾਡੇ ਕੋਲ ਨੰਬਰ, ਸੰਪਰਕ ਨੰਬਰ, ਵਟਸਐਪ ਨੰਬਰ ਹੈਗੇ, ਉਹਨਾਂ ਨੂੰ ਫੋਨ ਕਰਨ ਨਾਲੋਂ ਸਾਨੂੰ ਇਹ ਹੁੰਦਾ ਜਾਂ ਛਪਾਉਣ ਨਾਲੋਂ ਸੱਦਾ ਪੱਤਰ ਕਾਗਜ਼ ਵੀ ਬਚਾਈਏ, ਸਾਰਿਆਂ ਨੂੰ ਇਲੈਕਟ੍ਰੋਨਿਕ ਮੈਸੇਜ ਜਿਹੜਾ ਉਹ ਕੀਤਾ ਜਾਵੇ। ਅਤੇ ਜਿਹੜੇ ਵੀਰ ਅੱਜ ਪਿਛਲੀ ਵਾਰ ਨਹੀਂ ਆਏ ਸੀ, ਐਤਕੀ ਆਏ ਆ, ਉਹ ਜ਼ਰੂਰ ਆਪਣਾ ਨੰਬਰ ਜ਼ਰੂਰ ਨੋਟ ਕਰਾ ਜਾਣ, ਤਾਂ ਜੋ ਉਹਨਾਂ ਨੂੰ ਜਿਹੜਾ ਅਗਲੀ ਜਿਹੜੀ ਗਤੀਵਿਧੀ ਹੈ, ਜਾਂ ਜ਼ਿਆਦਾ ਕਰਕੇ sikhsiyast.net.com.info ਦੇ ਉੱਤੇ ਇਹ ਜਾਣਕਾਰੀ ਜੋ ਵੀ ਅਪਡੇਟ ਹੁੰਦੀ ਰਹਿੰਦੀ ਅਗਲੇ ਪ੍ਰੋਗਰਾਮ ਬਾਰੇ, ਜਿਵੇਂ ਮਨਦੀਪ ਸਿੰਘ ਨੇ ਦੱਸਿਆ ਵੀ ਜੁਲਾਈ ਦੇ ਵਿੱਚ ਕਰਾਂਗੇ, ਸੋ ਉਹਦੇ ਨਾਲ ਸੰਪਰਕ ਵੀ ਰੱਖਿਆ ਜਾ ਸਕਦਾ ਸਿੱਧਾ, ਵੀ ਜਿਹੜਾ ਨੰਬਰ ਜਿਹੜੇ ਆ ਜ਼ਰੂਰ ਦੇ ਕੇ ਜਾਇਓ, ਤਾਂ ਜੋ ਜਿਹੜੀ ਆ ਇਹ ਜਿਹੜੀ ਗਤੀਵਿਧੀ ਆ ਕੰਟੀਨਿਊ ਹੋ ਸਕੇ। ਸੋ ਅੱਜ ਗਰਮੀ ਹੋਣ ਕਰਕੇ ਸਾਡਾ ਭਾਵਾਂ ਪਹਿਲਾਂ ਦੋ ਸੈਸ਼ਨਾਂ ਦੇ ਵਿੱਚ ਕਰਨ ਦਾ ਸੀਗਾ ਇਰਾਦਾ, ਵੀ 11 ਤੋਂ 1 ਕਰ ਲਈਏ, ਫਿਰ 1 ਤੋਂ 2 ਲੰਚ, 2 ਤੋਂ 4, ਕੁਝ ਥੋੜ੍ਹੀਆਂ ਜਿਹੀਆਂ ਤਕਨੀਕੀ ਅਤੇ ਹੋਰ ਮਜਬੂਰੀਆਂ ਹੋਣ ਕਰਕੇ ਜਾਂ ਬੁਲਾਰੇ ਦਾ 1-2 ਦਾ ਹੋਲਡ ਸੀਗਾ, ਉਹ ਇੰਤਜ਼ਾਮ ਨਹੀਂ ਹੋ ਸਕਿਆ, ਜਾਂ ਉੱਥੇ ਹਾਲਾਤ ਇਹੋ ਜਿਹੇ ਹੋਏ ਨਹੀਂ ਮਿਲ ਸਕੇ। ਸੋ ਅਸੀਂ ਇਹ ਜ਼ਿਆਦਾ ਗਰਮੀ ਵੀ ਹੋਣ ਕਰਕੇ ਹੁਣ ਸਾਰਾ ਸਮੇਟਤਾ, 5 ਕੁ ਮਿੰਟ ਤੱਕ ਜਿਹੜਾ ਪ੍ਰਸ਼ਾਦਾ ਲੱਗ ਜੂਗਾ। ਸਾਰਿਆਂ ਨੂੰ ਬੇਨਤੀ ਹੈ ਪ੍ਰਸ਼ਾਦਾ ਛੱਕ ਕੇ ਜਾਇਓ, ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਜ਼ਰੂਰ ਦੱਸਿਓ, ਤਾਂ ਜੋ ਅਸੀਂ ਅੱਗੇ ਤੋਂ ਜਿਹੜਾ ਇਹਦੇ ਵਿੱਚ ਸੁਧਾਰ ਜਿਹੜਾ ਕਰ ਸਕੀਏ।